ਲਰਨ ਪੰਜਾਬੀ ਦੇ ਜਗਜੀਤ ਸਰ ਉਹਨਾਂ ਸਾਰੇ ਸਿਖਿਆਰਥੀਆਂ ਵਿਦਿਆਰਥੀਆਂ ਦਾ ਸਵਾਗਤ ਕਰਦਾ ਹੈ ਜਿਹੜੇ ਪੰਜਾਬ ਦੇ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਔਰ ਉਸ ਵਿੱਚ ਉਹ ਪੰਜਾਬ ਦੀ ਜੀਕੇ ਦੀ ਤਿਆਰੀ ਕਰ ਰਹੇ ਨੇ ਪੰਜਾਬ ਜੀਕੇ ਯਾਨੀ ਕੰਪਲੀਟ ਜੀਕੇ ਵਿੱਚ ਅਸੀਂ ਆਪ ਦਾ ਸਵਾਗਤ ਕਰਦੇ ਹਾਂ ਜਿਸ ਵਿੱਚ ਜੋ ਅੱਜ ਦਾ ਸਾਡਾ ਵੀਡੀਓ ਹੈ ਉਸ ਵਿੱਚ ਅਸੀਂ ਕਰਾਂਗੇ ਹਿਸਟਰੀ ਔਫ ਪੰਜਾਬ ਹਿਸਟਰੀ ਔਫ ਪੰਜਾਬ ਕਈ ਸਾਧਨਾ ਤੇ ਕਈ ਸੂਤਰਾਂ ਤੇ ਆਧਾਰਿਤ ਹੈ ਜੋ ਇਸ ਦਾ ਪਹਿਲਾ ਸੂਤਰ ਹੈ ਜਿਹੜਾ ਕਿ ਸਾਡਾ ਆਰਕੀਓਲੋਜੀ ਡਿਪਾਰਟਮੈਂਟ ਜਿਸ ਨੂੰ ਪੁਰਾਤਤਵ ਵਿਭਾਗ ਕਹਿੰਦੇ ਜਿਹੜੀਆਂ ਉਸ ਦੀਆਂ ਖੁਦਾਈਆਂ ਨੇ ਪੰਜਾਬ ਵਿੱਚ ਰੋਪੜ ਵਿੱਚ ਇਹ ਜਿਸ ਇਲਾਕੇ ਵਿੱਚ ਵੀ ਹੈ ਖੁਦਾਈਆਂ ਹੋਈਆਂ ਨੇ ਉਹਨਾਂ ਦੇ ਆਧਾਰ ਤੇ ਇਸ ਸਾਰੇ ਇਲਾਕੇ ਇਸ ਖਿੱਤੇ ਇਸ ਰੀਜਨ ਵਿੱਚ ਜਿਹੜੇ ਲੋਕ ਪੁਰਾਣੇ ਸਮੇਂ ਵਿੱਚ ਰਹਿੰਦੇ ਸੀ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਦੇ ਸੀ ਅਸੀਂ ਅੱਜ ਉਹਨਾਂ ਆਰਕੀਓਲੋਜੀਕਲ ਡਿਪਾਰਟਮੈਂਟ ਦੀਆਂ ਖੁਦਾਈਆਂ ਯਾਨੀ ਐਕਸਕੇਵੇਸ਼ਨ ਬਾਰੇ ਗੱਲ ਕਰਨੀ ਹੈ ਔਰ ਉਹਨਾਂ ਦੇ ਆਧਾਰ ਤੇ ਪੰਜਾਬ ਦੇ ਹਿਸਟਰੀ ਨੂੰ ਕਿਸ ਤਰ੍ਹਾਂ ਪ੍ਰੋਟੋ ਹਿਸਟਰੀ ਪ੍ਰੋਟੋ ਸਟਰੀਸ ਨੂੰ ਕਹਿੰਦੇ ਆ ਜਿਸ ਇਤਿਹਾਸ ਦੇ ਸਮੇਂ ਵਿੱਚ ਲਿਖਣ ਦੀ ਕਲਾ ਵਿਕਸਿਤ ਹੋ ਗਈ ਹੋਵੇ ਪਰੰਤੂ ਉਸ ਦੀ ਲਿਖਾਈ ਨੂੰ ਪੜਿਆ ਨਹੀਂ ਜਾ ਸਕਦਾ ਉਸ ਨੂੰ ਸੀ ਕਹਿੰਦੇ ਆ ਪ੍ਰੋਟੋ ਹਿਸਟਰੀ ਜਾਂ ਹਿਸਟੋਰੀਕਲ 에ਰਾ ਯਾਨੀ ਉਸ ਨੂੰ ਉਹ ਯੁੱਗ ਮੰਨਿਆ ਜਾਂਦਾ ਹੈ ਲਿਖਾਈ ਤਾਂ ਸੀ ਪਰ ਜਿਹੜੀ ਲਿਖਾਈ ਉਸ ਸਮੇਂ ਲਿਖੀ ਗਈ ਅੱਜ ਦੇ ਵਿਦਵਾਨ ਉਸ ਨੂੰ ਪੜ ਨਹੀਂ ਸਕਦੇ ਇਸ ਹਿਸਟਰੀਓ ਪੰਜਾਬ ਦਾ ਜਿਹੜਾ ਦੂਜਾ ਆਧਾਰ ਹੈ ਉਹ ਹੈ ਐਸੇ ਗ੍ਰੰਥ ਐਸੀਆਂ ਚੀਜ਼ਾਂ ਜਿਸ ਦੇ ਆਧਾਰ ਤੇ ਅਸੀਂ ਹੁਣਾਂ ਪੁਰਾਣੇ ਸਮੇਂ ਦੀ ਡੇਟਿੰਗ ਕਰਦੇ ਹਾਂ ਉਹਨਾਂ ਦੀ ਤਿਥੀ ਨੂੰ ਤਰੀਕਾ ਨੂੰ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਸ ਵੀਡੀਓ ਵਿੱਚ ਅਸੀਂ ਅੱਗੇ ਤੁਰਦੇ ਹਾਂ ਹਿਸਟਰੀਓ ਪੰਜਾਬ ਦਾ ਜੋ ਕਾਲਜ ਸਪੈਨ ਹੈ ਉਸ ਨੂੰ ਅਸੀਂ ਕੁਝ ਹਿੱਸਿਆਂ 'ਚ ਵੰਡ ਸਕਦੇ ਹਾਂ ਇੱਥੇ ਸਭ ਤੋਂ ਪਹਿਲੀ ਗੱਲ ਇਹ ਦੱਸਣਾ ਚਾਹੁੰਦਾ ਜਦੋਂ ਅਸੀਂ ਕਿਸੇ ਹਿੱਸੇ ਦੀ ਡੇਟ ਨੂੰ ਲਿਖਦੇ ਹਾਂ ਸਾਲਾਂ ਨੂੰ ਲਿਖਦੇ ਹਾਂ ਇੱਕ ਹੁੰਦਾ ਹੈ ਬੀਸੀ ਇੱਕ ਹੁੰਦਾ ਹੈ ਏਡੀ BC ਦਾ ਮਤਲਬ ਹੈ ਜਦੋਂ ਜੀਸਸ ਕ੍ਰਾਈਸ ਦਾ ਜਨਮ ਹੋਇਆ ਉਸ ਤਰੀਕ ਤੋਂ ਉਸ ਸਾਲ ਤੋਂ ਪਹਿਲੇ ਵਾਲੇ ਸਾਰੀਆਂ ਘਟਨਾਵਾਂ ਨੂੰ ਅਸੀਂ BC ਯਾਨੀ ਬਿਫੋਰ ਕ੍ਰਾਈਸਟ ਮੰਨਦੇ ਆ ਇਹ ਗਿਣਤੀ ਉਲਟੀ ਚੱਲਦੀ ਹੈ ਪਰੰਤੂ ਜਿਸ ਸਾਲ ਤੋਂ ਜੀਸਸ ਦਾ ਜਨਮ ਹੋਇਆ ਉਸ ਤੋਂ ਮਗਰਲੇ ਸਾਰੇ ਸਮਨ ਨੂੰ ਅਸੀਂ AD ਮੰਨ ਕੇ ਐਨੋ ਡੋਮਿਨੀ ਮੰਨ ਕੇ ਅਸੀਂ ਉਸ ਕਾਲ ਦਾ ਨਿਰਧਾਰਨ ਕਰਦੇ ਆ ਹੁਣ ਅਸੀਂ ਇਸ ਦੇ ਆਧਾਰ ਤੇ ਕਾਲ ਵੰਡ ਕਰਦੇ ਆ ਸੋ ਇਟ ਇਜ਼ ਅ ਬਰੀਫ ਟਾਈਮਲਾਈਨ ਔਨ ਐਂਸ਼ੀਅਨ ਇੰਡੀਆ ਯਾਨੀ ਪ੍ਰਾਤਨ ਭਾਰਤ ਹੈ ਉਸ ਦੀ ਜੋ ਸਮੇਂ ਰੇਖਾ ਹੈ ਜੋ ਟਾਈਮ ਲਾਈਨ ਹੈ ਉਸ ਨੂੰ ਅਸੀਂ ਇਸ ਤਰ੍ਹਾਂ ਨੇ ਨਿਰਧਾਰਿਤ ਕਰਦੇ ਹਾਂ ਇਸ ਦੇ ਨਾਲ ਹੀ ਮੈਂ ਕਹਿਣਾ ਚਾਹੁੰਦਾ ਵੀ ਪੰਜਾਬ ਭਾਰਤ ਦਾ ਉਹ ਹਿੱਸਾ ਹੈ ਜਿਸ ਦਾ ਜੋ ਫੈਲਾਅ ਹੈ ਜੋ ਵਿਸਤਾਰੇ ਦਾ ਸਪੈਨ ਹੈ ਉਹ ਬਹੁਤ ਵੱਡੇ ਖੇਤਰ ਵਿੱਚ ਸੀਗਾ ਕਿਉਂਕਿ ਇਹ ਸਾਰਾ ਖੇਤਰ ਨਦੀਆਂ ਦੇ ਕਿਨਾਰੇ ਸੀ ਇਸ ਨੂੰ ਸਪਤ ਸਿੰਧੂ ਵੀ ਕਿਹਾ ਜਾਂਦਾ ਸੀ ਸੱਤ ਨਦੀਆਂ ਦਾ ਪ੍ਰਦੇਸ਼ ਸੀ ਇਸ ਨੂੰ ਪੰਜਾਬ ਵੀ ਕਿਹਾ ਜਾਂਦਾ ਕਿਉਂਕਿ ਪੰਜ ਨਦੀਆਂ ਦਾ ਪ੍ਰਦੇਸ਼ ਹੈ ਕਿਉਂਕਿ ਜਿੱਥੇ ਪਾਣੀ ਦੀ ਬਹੁਤਾਇਤ ਹੋਗੀ ਉੱਥੇ ਭੋਜਨ ਦੀ ਜੰਗਲਾਂ ਦੀ ਬਹੁਤਾਇਤ ਹੋਗੀ ਇਸ ਕਰਕੇ ਜਿਤਨੇ ਪ੍ਰਾਤਨ ਸਭਿਤਾ ਨੇ ਉਹ ਜ਼ਿਆਦਾਤਰ ਇਨ੍ਹਾਂ ਉੱਤਰੀ ਇਲਾਕਿਆਂ ਵਿੱਚ ਹੀ ਪਨਪੀਆਂ ਨੇ ਕਿਉਂਕਿ ਐਸੇ ਸਥਾਨਾਂ ਤੇ ਉਹਨਾਂ ਨੂੰ ਭੋਜਨ ਔਰ ਰਹਿਣ ਔਰ ਪਾਣੀ ਦਾ ਵਿਸ਼ੇਸ਼ ਪ੍ਰਬੰਧ ਈਆ ਵਿਸ਼ੇਸ਼ ਸੁਵਿਧਾ ਪ੍ਰਾਪਤ ਸੀ ਅਸੀਂ ਜੋ ਪਹਿਲਾ ਸੜਾ ਪੁਆਇੰਟ ਹੈ ਅਸੀਂ 4 ਲੱਖ ਬੀਸੀ 2 2500 ਬੀਸੀ ਯਾਨੀ ਈਸਾ ਮਸੀਹ ਤੋਂ 4 ਲੱਖ ਸਾਲ ਪਹਿਲਾਂ ਦੇ ਕਾਲ ਤੋਂ ਲੈ ਕੇ 2500 BC ਯਾਨੀ ਜੀਸਸ ਤੋਂ 2500 ਯਾਨੀ 2500 ਸਾਲ ਪਹਿਲਾਂ ਦੇ ਸਮੇਂ ਦੀ ਗੱਲ ਕਰਦੇ ਆ ਇਸ ਨੂੰ ਅਸੀਂ ਪੈਲੀਓਲਿਥਿਕ ਏਜ ਕਹਿੰਦੇ ਆ ਐ ਜੋ ਸਮਾਂ ਸੀ ਐਸੀ ਪੈਲੀਓਲਿਥਿਕ ਏਜ ਮੈਸੋਲਿਥਿਕ ਏਜ ਨਿਓਲਿਥਿਕ ਏਜ ਔਰ ਏਜ ਇਨ ਦਾ ਸਬਕੌਂਟੀਨੈਂਟ ਐ ਜੋ ਸਮਾਂ ਐ BC ਯਾਨੀ ਬਿਫੋਰ ਕ੍ਰਾਈਸ ਜੀਸਸ ਕ੍ਰਾਈਸ ਉਸ 4 ਲੱਖ ਸਾਲ ਪਹਿਲਾਂ ਤੋਂ ਲੈ ਕੇ 2500 ਬੀਸੀ ਤੱਕ ਦਾ ਸਮਾਂ ਇਹ ਗਿਣਤੀ ਉਲਟੀ ਚੱਲਦੀ ਹੈ ਉਸ ਸਮੇਂ ਅਸੀਂ ਗੱਲ ਕਰਦੇ ਹਾਂ 2500 ਬੀਸੀ ਇੱਥੇ ਵੀ ਗਿਣਤੀ ਉਲਟੀ ਚੱਲਦੀ ਹੈ ਇਹ ਜੋ 2500 ਬੀਸੀ ਤੋਂ ਲੈ ਕੇ 1500 ਬੀਸੀ ਤੱਕ ਦਾ ਸਮਾਂ ਇਸ ਨੂੰ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਸਮਾਂ ਮੰਨਿਆ ਜਾਂਦਾ ਹੈ ਇਹ ਜੋ ਹਜ਼ਾਰ ਸਾਲ ਨੇ ਇਸ ਹਜ਼ਾਰ ਸਾਲ ਦੇ ਦੌਰਾਨ ਜੋ ਸਿੰਧੂ ਘਾਟੀ ਦੀ ਸਭਿਅਤ ਹੈ ਇਹ ਪੰਜਾਬ ਦੀ ਧਰਤੀ ਤੇ ਵਿਕਸਿਤ ਹੋਈ ਅਤੇ ਸਮਾਪਤ ਹੋ ਗਈ ਉਸ ਤੋਂ ਬਾਅਦ ਅਜਿਹਾ ਯੁੱਗ ਆਂਦਾ ਹੈ ਉਹ ਜੋ ਟਾਈਮ ਲਾਈਨ ਹੈ ਉਹ ਹੈ 50 1300 BC to 1000 BC 1000 BC yani Jesus de janm ton 1500 sal pehla ton 1000 sal pehlan tak da samay usnu Rigved da kal yani Rigvedik age yani yug keh janda hai us de vajjo chautha is da batwara hai ya jo timeline hai oh hai 1000 BC yani 1000 BC to laike 322 BC ਯਾਨੀ ਜੀਸਸ ਦੇ ਜਨਮ ਤੋਂ 322 ਸਾਲ ਪਹਿਲਾਂ ਤੱਕ ਦਾ ਸਮਾਂ ਇਹ ਸਾਡੀ ਚੌਥੀ ਕਾਲ ਵੰਡ ਹੈ ਇਸ ਨੂੰ ਅਸੀਂ ਲੇਟਰ ਵੈਦਿਕ ਏਜ ਯਾਨੀ ਉੱਤਰ ਵੈਦਿਕ ਕਾਲ ਕਹਿ ਸਕਦੇ ਹਾਂ ਉਸ ਤੋਂ ਬਾਅਦ ਜੋ ਪੰਜਵੀਂ ਵੰਡ ਹੈ ਇਹ ਹੈ 322 BC ਯਾਨੀ 322 BC ਟੂ 185 BC ਯਾਨੀ 322 BC ਤੋਂ ਲੈ ਕੇ 185 BC ਤੱਕ ਇਸ ਨੂੰ ਅਸੀਂ ਮੋਰਨ ਡੈਂਸਟੀ ਦੀ ਗੱਲ ਕਰਦੇ ਆਂ ਇੰਨੀ ਮੋਰਨ ਕਾਲ ਹੈ ਅਗਲਾ ਜੋ ਕਾਲ ਹੈ 185 BC ਤੋਂ 320 AD AD ਦਾ ਮਤਲਬ ਹੈ ਜੀਸਸ ਦੇ 320 ਸਾਲ ਬਾਅਦ ਤੱਕ ਇਹ ਜੋ 500 ਸਾਲ ਦਾ ਲਗਭਗ ਸਮਾਂ ਹੈ ਇਸ ਨੂੰ ਅਸੀਂ ਦਾ ਗ੍ਰੀਕ ਇਨਵੇਸ਼ਨਸ ਕਹਿੰਦੇ ਆਂ ਯਾਨੀ ਯੂਨਾਨੀਆਂ ਦੇ ਹਮਲੇ ਨਾਲ ਇਸ ਦਾ ਸੰਬੰਧ ਸਥਾਪਿਤ ਕਰਦੇ ਆਂ ਉਸ ਤੋਂ ਬਾਅਦ ਜੋ ਅਗਲਾ ਕਾਲ ਹੈ ਉਹ 320 AD ਯਾਨੀ ਜਿਸਸਸ ਦੇ ਜਨਮ ਤੋਂ 320 ਸਾਲ ਤੋਂ ਲੈ ਕੇ 520 AD ਇਹਨੀਆਂ ਜੋ 200 ਸਾਲ ਦਾ ਸਮਾਂ ਬਣਦਾ ਇਸ ਨੂੰ ਗੁਪਤ ਕਾਲ ਵੀ ਕਹਿ ਸਕਦੇ ਆ ਦਾ ਗੁਪਤਾ 에ਰਾ ਉਸ ਤੋਂ ਬਾਅਦ 606 AD ਤੋਂ ਲੈ ਕੇ 647 AD ਜਿਸ ਨੂੰ ਅਸੀਂ ਹਰਸ਼ਵਰਧਨ ਦਾ ਸਮਾਂ ਵੀ ਕਹਿ ਸਕਦੇ ਆ ਉਸ ਤੋਂ ਬਾਅਦ ਜੋ ਸਾਡੀ ਲਾਸਟ ਵੰਡ ਹੈ ਜਿਸ ਨੂੰ ਅਸੀਂ ਸਿੱਓ ਪੰਜਾਬ ਨਾਲ ਮਿਲਦੇ ਆ ਉਹ ਹੈ 648 648 AD ਤੋਂ ਲੈ ਕੇ 1000 AD ਤੱਕ ਇਸ ਨੂੰ ਰਾਸ਼ਟਕੁਤਸ ਦਾ ਸਮਾਂ ਪਾਲਾਸ ਦਾ ਸਮਾਂ ਪ੍ਰਤੀਹਾਰਾ ਦਾ ਸਮਾਂ ਇਹਨਾਂ ਦੇ एंपਾਇਰ ਯਾਨੀ ਇਹਨਾਂ ਦੇ ਸਾਮਰਾਜ ਦਾ ਸਮਾਂ ਹੈ ਐਸੀ ਸਾਡੀ ਮੋਟੀ-ਮੋਟੀ ਕਾਲਵੰਡ ਜਾਂ ਬ੍ਰੀਫ ਟਾਈਮ ਲਾਈਨਸ ਦੇ ਆਧਾਰ ਤੇ ਅਸੀਂ ਹੁਣ ਅੱਗੇ ਸਟੱਡੀ ਕਰਨੀ ਹੈ ਵੀ ਜੋ ਪੰਜਾਬ ਦੀ ਹਿਸਟਰੀ ਹੈ ਉਹ ਇਹਨਾਂ ਸਥਾਨ ਨਦੀਆਂ ਦੇ ਕਿਨਾਰੇ ਕਿਸ-ਕਿਸ ਤਰ੍ਹਾਂ ਵਿਕਸਿਤ ਹੋਈ ਇਸ ਤੋਂ ਪਹਿਲੇ ਅਸੀਂ ਉਹ ਵੀ ਗੱਲ ਕਰਨਾ ਚਾਹੁੰਦੇ ਆਂ ਵੀ ਜੋ ਪ੍ਰੀ ਹਿਸਟੋਰੀਕਲ 에ਰਾ ਯਾਨੀ ਜੋ ਇਤਿਹਾਸ ਤੋਂ ਪਹਿਲੇ ਨਹੀਂ ਪੁਰਵਾ ਇਤਿਹਾਸ ਨਹੀਂ ਪ੍ਰਾਗੈਤਿਹਾਸਿਕ ਕਾਲ ਜਿਹੜਾ ਹੈ ਜੋ ਇਤਿਹਾਸ ਤੋਂ ਪ੍ਰੀ ਯਾਨੀ ਉਸ ਤੋਂ ਪਹਿਲੇ ਵਾਲਾ ਜੋ ਹਿੱਸਾ ਹੈ ਉਸ ਨੂੰ ਅਸੀਂ ਕਿੰਨਾ ਤਿੰਨ ਹਿੱਸਿਆਂ ਚ ਵੰਡਦੇ ਹਾਂ ਸਭ ਤੋਂ ਪਹਿਲੀ ਵੰਡਾ ਹੈ ਪੈਲੀਓਲਿਥਿਕ ਏਜ ਯਾਨੀ ਪੂਰਵ ਪਹਾਸ਼ਾਨ ਯੁੱਗ ਯਾਨੀ ਪੱਥਰ ਯੁੱਗ ਦਾ ਆਦ ਜੋ ਹੈ ਜੋ ਦਾ ਆਰੰਭ ਹੈ ਉਸ ਨੂੰ ਅਸੀਂ ਇਸ ਯੁੱਗ ਵਿੱਚ ਗਿਣਦੇ ਹਾਂ ਦਾ ਟਾਈਮ ਪੀਰੀਅਡ ਆਫ ਦਿਸ ਏਜ ਇਸ ਫਰਮ 2 ਲੱਖ 50 ਹਜ਼ਾਰ ਟੂ 10 ਹਜ਼ਾਰ ਬੀਸੀ ਯਾਨੀ ਬਿਫੋਰ ਕ੍ਰਾਈਸ ਯਾਨੀ 22 ਲੱਖ BC ਤੋਂ ਲੈ ਕੇ 10000 BC یعنی ਬਿਫੋਰ ਕ੍ਰਾਈਸਟ ਐਜ ਦਾ ਸਮਾਂ ਪੈਲੀਓਲਿਥਿਕ ਯਾਨੀ अर्ली ਸਟੋਨ 에ਜ ਦਾ ਬਣਦਾ ਹੈ ऐसे समय जो लोग सी वो हंटर सी शिकारी सी और फूड गैदरर सी यानी जो उणा दा मेन काम सी वो हंटर सी यानी शिकारी सी और फूड गैदरर सी हु डिड नॉट नो अबाउट द यूज ऑफ मेटल जिन्ना नु मेटल बारे जानकारी नहीं सी सो दे यूज क्रूड स्टोन यानी वो कच्चे पत्थरा नु इस्तेमाल करके अपने योग हथियार बनांदे सन इस दा मतलब वो क्रूड स्टोन यानी जो मौजूद उणा कोल पत्थर सी उणा नु अपने हथियार दे तौर ते इस्तेमाल करते सी एथे जो क्रूड स्टोन है वो पत्थर ने जेडे की सानु आ ਆਸ-ਪਾਸ ਆਪਣੇ ਮੂਲ ਰੂਪ ਵਿੱਚ ਮਿਲਦੇ ਨੇ ਇੱਕ ਅਸੀਂ ਫਲਿੰਟ ਸਟੋਨ ਦੀ ਗੱਲ ਕਰਾਂਗੇ ਐਸੇ ਪੱਥਰ ਜਿਹਨਾਂ ਤੇ ਚੋਟ ਕਰਦੇ ਸੀ ਅੱਗੋਂ ਉਹ ਤਿੱਖੀ ਧਾਰ ਵਾਲੇ ਹਥਿਆਰ ਦਾ ਰੂਪ ਧਾਰਨ ਕਰ ਲੈਂਦੇ ਸੀ ਇਸ ਕਰਕੇ ਬਲਿੰਸਟੋਨ ਨੂੰ ਇੱਕ ਹਥਿਆਰ ਦੇ ਤੌਰ ਤੇ ਉਸ ਨੂੰ ਆਪਣੇ ਕੁल्हाੜੀਆਂ ਵਿੱਚ ਆਪਣੇ ਹੋਰ ਸਾਧਨਾਂ ਦੇ ਰੂਪ ਵਿੱਚ ਜੋ ਆਦੀ ਮਨੁੱਖ ਇਸਤੇਮਾਲ ਕਰਦਾ ਸੀ ਇੱਥੇ ਅਸੀਂ ਕਰੂਟ ਸੋਨ ਦੀ ਗੱਲ ਕੀਤੀ ਹੈ ਇੱਥੇ ਆਮ ਪੱਥਰਾਂ ਦੀ ਗੱਲ ਕੀਤੀ ਹੈ ਇਹ ਜੋ अर्ਲੀ ਸਟੋਨ 에ਜ ਯਾਨੀ ਪੈਲੀਓਲਿਥਿਕ 에ਜ ਦੀਆਂ ਜੋ ਸਾਈਟਸ ਨੇ ਜੋ ਸਥਾਨ ਨੇ ਜਿੱਥੋਂ ਖੋਦਾਈਆਂ ਵਿੱਚ ਮਿਲੇ ਨੇ ਇਹ ਨੇ ਵੈਲੀ ਆਫ ਰਿਵਰ ਸੋਨ ਔਰ ਸੋਹਨ ਇਨ ਪੰਜਾਬ ਯਾਨੀ ਪੰਜਾਬ ਵਿੱਚ ਜੋ ਸੋਹਨ ਨਦੀ ਦੀ ਘਾਟੀ ਹੈ ਉਸ ਵਿੱਚ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਇਸ ਤੋਂ ਇਲਾਵਾ ਦੌਲਤਪੁਰ ਪੇਰ ਮਾਜਰਾ ਹੁਸ਼ਿਆਰਪੁਰ ਢਾਂਗ ਨਾਲਾਗੜ ਪਿਰਥਾਂ ਖੋਖਰਾਂ ਕਚੋਆ ਰਾਮਪੁਰਾ ਸਿਰਸਾ ਬੁੱਢ ਅਤੇ ਢੋਲਬਾਹ ਇਹ ਜੋ ਸਾਈਟਸ ਨੇ ਪੰਜਾਬ ਐਸਾ ਪੰਜਾਬ ਜੋ ਪੰਜਾਬ ਵੀ ਔਰ ਪਾਕਿਸਤਾਨ ਦੇ ਨਾਲ ਲੱਗਦਾ ਪੰਜਾਬ ਵੀ ਹੈ ਐਸੇ ਸਥਾਨਾਂ ਤੇ ਖੁਦਾਈ ਵਿੱਚ ਆਰਕੀਓਲੋਜੀ ਡਿਪਾਰਟਮੈਂਟ ਨੂੰ ਇਹ ਜੋ ਪੈਲੀਓਲਿਥਿਕ ਯਾਨੀ ਪੂਰਵ ਪਹਾਸ਼ਾਨ ਯੁੱਗ ਦੇ ਨਾਲ ਸੰਬੰਧਿਤ ਚਿੰਨ ਜਾਂ ਨਿਸ਼ਾਨੀਆਂ ਮਿਲੀਆਂ ਨੇ ਹੁਣ ਇਸ ਪ੍ਰੀ ਹਿਸਟੋਰੀਕਲ ਏਜ ਯਾਨੀ ਜੋ ਇਹ ਯੁੱਗ ਹੈ ਇਸ ਨੂੰ ਜਿਹੜਾ ਦੂਜੀ ਡਿਵੀਜ਼ਨ ਹੈ ਉਹ ਹੈ ਮੈਸੋਲੀਥਿਕ ਏਜ ਜਿਸ ਨੂੰ ਅਸੀਂ ਮਿਡਲ ਸਟੋਨ ਏਜ ਯਾਨੀ ਮਧ ਪਹਾਸ਼ਾਨ ਯੁਗ ਕਹਿ ਸਕਦੇ ਆ ਐਸਾ ਯੁਗ ਹੈ ਜਿਹੜਾ ਕਿ ਪੁਰੂਪ ਪਹਾਣ ਕੱਚੇ ਪੱਥਰਾਂ ਦੇ ਪ੍ਰਯੋਗ ਤੋਂ ਲੈ ਕੇ ਹੋਰ ਸੁਧਰੇ ਹੋਏ ਪੱਥਰਾਂ ਦੇ ਰੂਪ ਨਾਲ ਆਪਣੇ ਜੀਵਨ ਜਿਆਪਨ ਕਰਦਾ ਆਪਣੇ ਰੋਜ਼ ਦੇ ਕੰਮਾਂ ਕਰਾ ਕੰਮ ਕਿਹੜੇ ਹੈ ਇੱਕ ਤੇ ਹੰਟਿੰਗ ਹੈ ਯਾਨੀ ਸ਼ਿਕਾਰ ਕਰਨਾ ਇੱਕ ਫੂਡ ਗੈਦਰਿੰਗ ਯਾਨੀ ਪੇੜਾਂ ਤੋਂ ਜਾਂ ਹੋਰ ਸਾਧਨਾਂ ਤੋਂ ਭੋਜਨ ਇਕੱਠਾ ਕਰਕੇ ਜੰਗਲੀ ਜਾਨਵਰਾਂ ਤੋਂ ਭੋਜਨ ਇਕੱਠਾ ਕਰਕੇ ਔਰ ਆਪਣੇ ਆਹਾਰ ਲਈ ਇਸਤੇਮਾਲ ਕਰਨਾ ਇਹ ਮੈਸੋਲੀਥਿਕ ਏਜ ਯਾਨੀ ਮਧ ਪਹਾਣ ਯੁਗ ਇਸ ਤਰ੍ਹਾਂ ਦਾ ਟਾਈਮ ਪੀਰੀਅਡ ਬਣਦਾ ਹੈ ਉਹ ਹੈ ਬਿਫੋਰ ਕ੍ਰਾਈਸਟਨੀ ਬੀਸੀ 10000 ਯਾਨੀ 10000 ਬੀਸੀ ਤੋਂ ਲੈ ਕੇ 8000 ਬੀਸੀ ਤੱਕ ਇਹ ਜੋ ਸਮਾਂ ਹੈ ਇਸ ਨੂੰ ਮੈਸੋਲੀਥਿਕ ਏਜ ਕਿਹਾ ਜਾਂਦਾ ਹੈ ਇਹ ਜੋ 2000 ਸਾਲ ਤੱਕ ਦਾ ਸਮਾਂ ਬਹੁਤ ਬਦਲਾਵ ਦਾ ਸਮਾਂ ਹੈ ਇੱਥੇ ਜੋ ਵੜਾ ਮੈਸੋ ਉਸ ਦਾ ਮਤਲਬ ਹੈ ਬਿਟਵੀਨ ਯਾਨੀ ਮਿਡਲ ਮੈਸੋਲੀਥਿਕ ਇਸ ਦਾ ਮਤਲਬ ਹੈ ਮਿਡਲ ਸਟੋਨ ਏਜ ਜੋ ਇੱਥੇ ਦੇ ਲੋਕ ਸੀ ਸਮੇਂ ਦੇ ਲੋਕ ਸੀ ਉਹ ਸਕਿਲਡ ਹੋ ਗਏ ਸੀ ਹੁਣ ਸ਼ਿਕਾਰ ਕਰਕੇ ਫੂਡ ਗੈਦਰਿੰਗ ਕਰਕੇ ਨਿਪੁੰਨ ਹੋ ਗਏ ਸੀ ਦੇ ਯੂਜ਼ ਆਫ ਸਮਾਲ ਸਟੋਨ ਟੂਲਸ ਇਨਾਂ ਲੋਕਾਂ ਨੇ ਛੋਟੇ ਪੱਥਰ ਦੇ ਟੂਲਸ ਨਹੀਂ ਔਜ਼ਾਰਾਂ ਨਾਲ ਆਪਣਾ ਕੰਮ ਕੀਤਾ ਨਹੀਂ ਸ਼ਿਕਾਰ ਕੀਤਾ ਫੂਡ ਗੈਦਰਿੰਗ ਕੀਤੀ ਟੂਲ ਯੂਜ਼ ਡੂਰਿੰਗ ਦਿਸ ਪੀਰੀਅਡ ਵਾਰ ਬਲੇਡਸ ਡੌਗਰਸ ਇਸ ਸਮੇਂ ਪੱਥਰਾਂ ਨਾਲ ਘੜੇ ਹੋਏ ਪੱਥਰਾਂ ਨਾਲ ਜੋ ਇਹਨਾਂ ਲੋਕਾਂ ਨੇ ਹਥਿਆਰ ਯੂਜ਼ ਕੀਤੇ ਉਹਨਾਂ 'ਚ ਬਲੇਡ ਸੀਗੇ ਉਹਨਾਂ 'ਚ ਡੌਗਰ ਸੀਗੇ ਉਹਨਾਂ ਸਿਕਲ ਸੀਗੀਆਂ ਜਿਨ੍ਹਾਂ ਨਾਲ ਆਪਣੇ ਮਤਲਬ ਦਾ ਕੰਮ ਲੈਂਦੇ ਸੀ ਹੁਣੇ ਉਹੀ ਸਮਾਂ ਸੀ ਜਦੋਂ ਇਹਨਾਂ ਲੋਕਾਂ ਨੇ ਆਪਸ ਵਿੱਚ ਗਰੁੱਪ ਬਣਾ ਕੇ ਜਾਨਵਰਾਂ ਦਾ ਸ਼ਿਕਾਰ ਕਰਨਾ ਸ਼ੁਰੂ ਕਰਤਾ ਅਤੇ ਮੱਛੀ ਪਕੜਨ ਦੀ ਜਾਂਚ ਇਹਨਾਂ ਲੋਕਾਂ ਨੇ ਡਿਵੈਲਪ ਕੀਤੀ ਇਹਨਾਂ ਨੇ ਆਪਣੇ ਇੰਪਲੀਮੈਂਟ ਬਣਾਏ ਫਿਰ ਇਹਨਾਂ ਲੋਕਾਂ ਨੇ ਉਹ ਜੋ ਕਰੂਡ ਸਟੋਨ ਸੀ ਉਹਦੇ ਬਜਾਏ ਫਲਿੰਟ ਪੱਥਰ ਨਾਲ ਯਾਨੀ ਫਲਿੰਟ ਸਟੋਨ ਅਤੇ ਬੋਨਸ ਯਾਨੀ ਵੱਡੇ ਜਾਨਵਰਾਂ ਦੀਆਂ ਮਜ਼ਬੂਤ ਹੱਡੀਆਂ ਦੇ ਨਾਲ ਆਪਣੇ ਔਜ਼ਾਰ ਬਣਾਏ ਔਰ ਇਸ ਤਰ੍ਹਾਂ ਸ਼ਿਕਾਰ ਕਰਨਾ ਸ਼ੁਰੂ ਕਰਤਾ ਇਸ ਕਾਲ ਵਿੱਚ ਉਹਨਾਂ ਦੇ ਸ਼ਿਕਾਰ ਦੀ ਜੋ ਨਿਪੁੰਨਤਾ ਸੀ ਉਹ ਵਧੀ ਨਾਲ ਮੱਛੀ ਪਕੜਨ ਦੀ ਨਿਪੁੰਨਤਾ ਵੀ ਵਧੀ ਪਰੰਤੂ ਇੱਥੇ ਧਿਆਨ ਦੇਣ ਯੋਗ ਗੱਲ ਹੈ ਵੀ ਇਸ ਮੈਸੋਲਿਥਿਕ ਏਜ ਦੀਆਂ ਜੋ ਸਾਈਟਸ ਨੇ ਪੰਜਾਬ ਵਿੱਚ ਮੌਜੂਦਾ ਤੌਰ ਤੇ ਨਹੀਂ ਮਿਲਦੀਆਂ ਅਸੀਂ ਇਹ ਕੁਐਸਚਨ ਵੀ ਦੇਖ ਸਕਦੇ ਹਾਂ ਆਪਣੇ ਪੇਪਰ ਵਿੱਚ ਵੀ ਉਹ ਕਿਹੜਾ ਏਰਾ ਕਿਹੜਾ ਯੁੱਗ ਹੈ ਜਿਸ ਦੀ ਕੋਈ ਵੀ ਸਾਈਟ ਇਸ ਸਮੇਂ ਮੌਜੂਦਾ ਸਾਡੇ ਪੰਜਾਬ ਵਿੱਚ ਨਹੀਂ ਮਿਲਦੀ ਅਸੀਂ ਇਸ ਨੂੰ ਮੈਸੋਲਿਥਿਕ ਏਰਾ ਜਾਂ ਯੁੱਗ ਜਾਂ ਟਾਈਮ ਕਹਿ ਸਕਦੇ ਹਾਂ ਇੱਥੇ ਜੋ ਸਾਡੀ ਤੀਜੀ ਵੰਡ ਹੈ ਇਸ ਪੱਥਰ ਯੁੱਗ ਦੀ ਹੈ ਜਾਨੀ ਪਹਾਸ਼ਾਨ ਕਾਲ ਦੀ ਪੂਰਵ ਪਹਾਸ਼ਾਨ ਯੁੱਗ ਮਦ ਪਹਾਣ ਯੁਗ ਤੇ ਹੁਣ ਨਵੀਨ ਪਹਾਣ ਯੁਗ ਯਾਨੀ ਜੋ ਕਰੂਡ ਸਟੋਨ ਤੋਂ ਲੈ ਕੇ ਫਲਿੰਸਟੋਨ ਔਰ ਬੋਨਸ ਦਾ ਇਸਤੇਮਾਲ ਕੀਤਾ ਐਸੀ ਜੋ ਨਿਉਲੀਥਿਕ ਏਜ ਹੈ ਉਹ ਨਿਊ ਸਟੋਨ ਏਜ ਹੈ ਯਾਨੀ ਨਵ ਪਹਾਣ ਯੁਗ ਇਸ ਦੀ ਜੋ ਟਾਈਮ ਲਾਈਨ ਹੈ ਉਹ ਬਣਦੀ ਹੈ 4000 ਬੀਸੀ ਯਾਨੀ ਜੀਸਸ ਦੇ ਜਨਮ ਤੋਂ 4000 ਸਾਲ ਪਹਿਲਾਂ ਤੱਕ ਜਦੋਂ ਸਮਾਂ ਇਸ ਨੂੰ ਅਸੀਂ ਨਿਓਲੀਥਿਕ ਯਾਨੀ ਨਵੀਨ ਪਸ਼ਾਣ ਯੁੱਗ ਕਹਿ ਸਕਦੇ ਹਾਂ ਮਿਲੇ ਹੋਏ ਸੂਤਰਾਂ ਤੋਂ ਸਾਨੂੰ ਪਤਾ ਲੱਗਦਾ ਹੈ ਵੀ ਜੋ ਇਹ ਲੋਕ ਸੀਨੋਲਿਥਿਕ ਏਜ ਵਾਲੇ ਇਹਨਾਂ ਨੇ ਤਰੱਕੀ ਕੀਤੀ ਖੇਤੀ ਕਰਨ ਵਿੱਚ ਇਸ ਏਜ ਯਾਨੀ ਇਸ ਸਮੇਂ ਇਸ ਯੁੱਗ ਦੇ ਜੋ ਇਨਸਾਨਾਂ ਨੇ ਅੱਗ ਜਲਾਣੀ ਸਿੱਖ ਲਈ ਆਪਣੇ ਸਰੀਰ ਨੂੰ ਢੱਕਣ ਲਈ ਤਨ ਨੂੰ ਢੱਕਣ ਲਈ ਕੱਪੜਿਆਂ ਦਾ ਪ੍ਰਯੋਗ ਕਰਨਾ ਸਿੱਖ ਲਿਆ ਇਸ ਤੋਂ ਇਲਾਵਾ ਦੋ ਪਹੀਏ ਵਾਲੀ ਬੈਲ ਗੱਡੀ ਦਾ ਇਸਤੇਮਾਲ ਸਿੱਖ ਲਿਆ ਇਸ ਤੋਂ ਲਾਵਾ ਐਸਥੈਟਿਕਲ ਵੈਲਿਊ ਵਾਲੇ ਹੋਣ ਕਰਕੇ ਸੁੰਦਰੇ ਕਲਾ ਦੇ ਧਾਰਣੀ ਹੋਣ ਕਰਕੇ ਇਹਨਾਂ ਨੇ ਸ਼ੈਲ ਯਾਨੀ ਸਪੀਆਂ ਦੇ ਔਰ ਸੈਮੀ ਪ੍ਰੀਸ਼ੀਅਸ ਸਟੋਨ ਯਾਨੀ ਘੱਟ ਕੀਮਤੀ ਪੱਥਰਾਂ ਦੇ ਔਰ ਮੈਟਲ ਦੇ ਗਹਿਣੇ ਬਣਾ ਕੇ ਪਾਣੀ ਸ਼ੁਰੂ ਕਰ ਦਿੱਤੇ ਹੁਣ ਜੇ ਤੁਹਾਨੂੰ ਪੁੱਛਿਆ ਜਾਏ ਕਿ ਜੋ ਟੂ व्हील्स ਔਕਸ ਕਾਰਟ ਹੈ ਇਹ ਕਿਹੜੇ ਯੁੱਗ ਦੀ ਦੇਣਾ ਅਸੀਂ ਲਿਖਾਂਗੇ ਨੀਓਲਿਥਿਕ ਏਜ ਯਾਨੀ ਨਿਊ ਸਟੋਨ ਏਜ ਨਵ ਪਹਾਸ਼ਾਣ ਯੁੱਗ ਕਦੋਂ ਹੋਇਆ 4000 ਬੀਸੀ ਯਾਨੀ క్రైస్ట్ ਤੋਂ బిఫోర్ క్రైస్ట్ 4000 ਸਾਲ ਪਹਿਲਾਂ ਇਸ ਤੋਂ ਇਲਾਵਾ ਕੁਐਸਚਨ ਵੀ ਆ ਸਕਦਾ ਹੈ ਵੀ ਕਿਹੜਾ ਯੁੱਗ ਹੈ ਜਿਸ ਵਿੱਚ ਉਹਨਾਂ ਲੋਕਾਂ ਨੇ ਸ਼ੈਲ ਦੇ ਸ਼ੈਮੀ ਪ੍ਰੀਸ਼ੀਅਸ ਸਟੋਨ ਦੇ ਔਰ ਮੈਟਲ ਦੇ ਗਹਿਣੇ ਬਣਾ ਕੇ ਪਾਣੀ ਸ਼ੁਰੂ ਕਰ ਦਿੱਤੇ ਤੇ ਇਹ ਵੀ ਬਣੇਗਾ ਨਿਊ ਲਿਥਿਕ 에ਜ ਯਾਨੀ ਨਵ ਪਹਾਸ਼ਾਣ ਯੁੱਗ ਉਸ ਤੋਂ ਬਾਅਦ ਇਨ ਸਮ ਪਾਰਟ ਆਫ ਬਹਾਵਲਪੁਰ ਡਿਸਟ੍ਰਿਕਟ ਜਿਹੜਾ ਹੁਣ ਪਾਕਿਸਤਾਨ ਚ ਹੈ ਬਹਾਵਲਪੁਰ ਐਸੇ ਸੈਟਲਮੈਂਟ ਦੇ ਨਿਸ਼ਾਨੀਆਂ ਮਿਲੀਆਂ ਨੇ ਜਿਹੜੀਆਂ ਕਿ 3800 ਤੋਂ 3200 BC یعنی ਜੀਸਸ ਦੇ ਜਨਮ ਤੋਂ 3800 ਸਾਲ ਪਹਿਲਾਂ ਤੋਂ ਲੈ ਕੇ 3200 ਸਾਲ یعنی ਇਹ 500 ਸਾਲ ਤੱਕ ਦੇ ਕਾਲ ਦੀਆਂ ਨਿਸ਼ਾਨੀਆਂ ਮਿਲਦੀਆਂ ਨੇ ਬਹਾਵਲਪੁਰ ਵਿੱਚ ਇਹ ਜੋ ਸਾਈਟਸ ਨੇ ਐਨੇ ਡੈਲਟਾ ਆਫ ਹਾਕਰਾ ਰਿਵਰ ਐਨੇ ਡੈਲਟਾ ਆਫ ਹਾਕਰਾ ਰਿਵਰ ਡੈਲਟਾ ਉਸ ਨੂੰ ਕਹਿਆ ਜਾਂਦਾ ਹੈ ਜਦੋਂ ਕੋਈ ਨਦੀ ਸਮੁੰਦਰ ਵਿੱਚ ਐਂਟਰ ਹੁੰਦੀ ਹੈ ਉੱਥੇ ਉਹ ਤ੍ਰਿਭੁਜ ਵਰਗੀ ਆਕ੍ਰਿਤੀ ਬਣਾਉਂਦੀ ਹੈ ਜੋ ਸੈਡੀਮੈਂਟਸ ਉੱਤੇ ਜਮਾਉਣੇ ਸ਼ੁਰੂ ਹੋ ਜਾਂਦੇ ਹੈ ਉੱਥੇ ਬਹੁਤ ਜ਼ਿਆਦਾ ਉਪਜਾਊ ਜ਼ਮੀਨ ਬਣਦੀ ਹੈ ਜੰਗਲ ਬਣਦੇ ਹੈ ਇਸ ਕਰਕੇ ਜੋ ਲੋਕ ਨੇ ਉੱਥੇ ਆ ਕੇ ਆਪਣਾ ਜੀਵਨ ਬਸੇਰਾ ਕਰਦੇ ਨੇ ਤੇ ਹਾਕਰਾ ਨਦੀ ਦੇ ਡੈਲਟਾ ਤੇ ਇਸ ਨਵ ਪਹਾੜਾਂ ਯੁੱਗ ਦੀਆਂ ਬੜੀਆਂ ਨਿਸ਼ਾਨੀਆਂ ਮਿਲੀਆਂ ਨੇ ਜਿਹੜੇ ਕਿ ਹੁਣ ਪਾਕਿਸਤਾਨ ਵਿੱਚ ਬਹਾਵਲਪੁਰ ਦੇ ਨੇੜੇ ਪੈਂਦਾ ਹੈ ਇਸ ਤੋਂ ਇਲਾਵਾ 1963 1963 ਵਿੱਚ ਕੁਝ ਪਾਲਿਸ਼ ਕੀਤੇ ਯਾਨੀ ਚਮਕਦਾਰ ਪੱਥਰ ਵੀ ਇਸ ਨਿਉਲੀਥਿਕ ਕਲਚਰ ਨਾਲ ਜੋੜੇ ਜਾ ਸਕਦੇ ਨੇ ਜਿਹੜੇ ਕੀ ਰੋੜ ਔਰ ਡਿਬਰ ਇਸ ਵਿਆਸ ਬਾਂਡ ਗੰਗਾ ਵੈਲੀ ਵਿੱਚ ਮਿਲੇ ਹਨ ਸੋ ਦੋਸਤੋ ਜੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਮੈਨੂੰ ਆਸ ਹੈ ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪਣੀ ਪੰਜਾਬ ਦੀ ਜੀਕੇ ਨੂੰ ਸਟਰੋਂਗ ਕਰੋਗੇ ਤੁਹਾਡੀਆਂ ਅਸੀਸਾਂ ਸਾਡੇ ਇਸ ਕਾਰਜ ਨੂੰ ਸਫਲ ਕਰਨਗੀਆਂ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਵੀਡੀਓ ਸਮੇਂ ਸਿਰ ਪ੍ਰਾਪਤ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਓ ਜੇਕਰ ਵੀਡੀਓ ਆਪ ਨੂੰ ਪਸੰਦ ਆਏ ਤਾਂ ਲਾਈਕ ਕਰੋ ਤੇ ਇਸ ਵੀਡੀਓ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਕਰੋ